ਕਪੂਰਥਲਾ ਵਿੱਚ ਮੋਬਾਈਲ ਚੋਰੀ ਦੇ ਚੱਲ ਰਹੇ ਮਾਮਲੇ ਨੂੰ ਲੈ ਕੇ ਕਪੂਰਥਲਾ ਜੈਨ ਪੈਟਰੋਲ ਪੰਪ ਤੇ ਦੋ ਗੁੱਟਾਂ ਵਿਚਕਾਰ ਆਪਸੀ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਰਾਜ ਕੁਮਾਰ ਦੇ ਅਨੁਸਾਰ ਸੰਦੀਪ ਕੌਰ ਕਾਂਗਰਸੀ ਜ਼ਿਲ੍ਹਾ ਆਗੂ ਹੈ। ਇਹਨਾਂ ਨੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਮੀਡੀਆ ਨੂੰ ਗੁੰਮਰਾਹ ਕਰਨ ਲਈ ਘਟਨਾ ਵਿੱਚ 1 ਲੱਖ ਰੁਪਏ ਦੀ ਡਕੈਤੀ ਦੀ ਗੱਲ ਕਹੀ, ਪਰ ਦੂਜੇ ਪਾਸੇ ਲੜਾਈ ਝਗੜਾ ਕਰਨ ਵਾਲੇ ਨੌਜਵਾਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਪਿਤਾ ਜੀ ਦਾ ਮੋਬਾਈਲ ਚੋਰੀ ਹੋਇਆ ਸੀ, ਜਿਸ ਦੀ ਸ਼ਿਕਾਇਤ ਥਾਣਾ ਸਿਟੀ ਕਪੂਰਥਲਾ ਵਿੱਚ ਦਰਜ ਕਰਵਾਈ ਗਈ ਸੀ, ਜੋ ਕਿ ਜ਼ਖਮੀ ਹੋਏ ਰਾਜਕੁਮਾਰ ਕੋਲ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਸੀ, ਜਿੱਥੇ ਦੋਵੇਂ ਧਿਰਾਂ ਵਿੱਚ ਕਰ ਆਪਸੀ ਬਹਿਸ ਹੋਈ। ਜਦੋਂ ਅਸੀਂ ਪੈਟਰੋਲ ਪੰਪ ਤੇ ਤੇਲ ਪਾਉਣ ਲਈ ਗਏ ਤਾਂ ਜ਼ਖਮੀ ਰਾਜਕੁਮਾਰ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਅਸੀਂ ਇਹ ਲੜਾਈ ਕੀਤੀ, ਪਰ ਕੋਈ ਡਕੈਤੀ ਨਹੀਂ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਡਕੈਤੀ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਸਿਰਫ ਲੜਾਈ ਦਾ ਮਾਮਲਾ ਹੈ। ਜ਼ਖਮੀ ਰਾਜਕੁਮਾਰ ਅਤੇ ਸੰਦੀਪ ਕੌਰ ਵਰਗੇ ਲੋਕਾਂ ਨੇ ਜੋ ਕਾਂਗਰਸ ਪਾਰਟੀ ਦਾ ਨਾਂ ਲੈ ਕੇ ਮੀਡੀਆ ਨੂੰ ਗੁੰਮਰਾਹ ਕਰਦੇ ਹੋਏ ਲੜਾਈ ਝਗੜੇ ਦੇ ਮਾਮਲੇ ਨੂੰ ਡਕੈਤੀ ਹੋਣ ਦੀ ਜਾਣਕਾਰੀ ਦਿੱਤੀ ਹੈ, ਇਹ ਇੱਕ ਗੰਭੀਰ ਵਿਸ਼ਾ ਹੈ। ਮੀਡੀਆ ਨੂੰ 1 ਲੱਖ ਦੀ ਡਕੈਤੀ ਦਾ ਬਿਆਨ ਦੇਣਾ ਅਤੇ ਪੁਲਿਸ ਨੂੰ ਕੁਝ ਹੋਰ ਬਿਆਨ ਦੇਣਾ, ਇਹ ਗਲਤ ਹੈ। ਪਰ ਕੀ ਪੁਲਿਸ ਇਹਨਾਂ ਤੇ ਬਣਦੀ ਕਾਰਵਾਈ ਕਰੇਗੀ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਹਿਤਾਬ ਸਿੰਘ ਹੈ ਜੀ। ਹਾਂਜੀ ਮਹਿਤਾਬ ਜੀ, ਜਿਹੜੀ ਕਿ ਜੈਨ ਪੈਟਰੋਲ ਪੰਪ ਤੇ ਇੱਕ ਲੜਾਈ ਦੀ ਵਾਰਦਾਤ ਹੋਈ, ਤਾਂ ਨਾਲ ਉਹ ਇਹ ਵੀ ਕਹਿ ਰਹੇ ਕਿ ਉੱਥੇ 1 ਲੱਖ ਰੁਪਇਆ ਲੁੱਟਿਆ ਗਿਆ ਤੁਹਾਡੇ ਵੱਲੋਂ, ਕੀ ਇਹ ਸਾਰਾ ਮਾਮਲਾ ਸੀ? ਇਹ ਮਾਮਲਾ ਇੱਦਾਂ ਜੀ, ਇਹ 2-3 ਦਿਨ ਪਹਿਲਾਂ ਕਿਤੇ ਸਾਡੇ ਭਾਪਾ ਜੀ ਦਾ ਨਾ ਫੋਨ ਇਸ ਬੰਦੇ ਨੇ ਚੋਰੀ ਕੀਤਾ, 1-1.5 ਮਹੀਨਾ ਪਹਿਲਾਂ। ਉਹ ਜਦੋਂ ਫੋਨ ਅਸੀਂ ਉਹ ਟਰੇਸ ਕੀਤਾ ਵੀ ਫੋਨ ਲਾਉਂਦੇ ਰਹੇ, ਭਾਪਾ ਜੀ ਵੀ ਲਾਉਂਦੇ ਰਹੇ, ਅਸੀਂ ਲਾਇਆ ਕਰਨਾ ਵੀ ਕਿੱਧਰ ਗਿਆ ਯਾਰ ਭਾਪਾ ਜੀ ਦਾ ਫੋਨ ਕਿੱਧਰ ਗਿਆ। ਇੱਕ ਦਿਨ ਇਸ ਫੋਨ 'ਤੇ ਰਿੰਗ ਵੱਜੀ, ਇਹ ਬੋਲਿਆ ਮੂਹਰਿਓਂ, ਫਿਰ ਭਾਪਾ ਜੀ ਨੂੰ ਅਸੀਂ ਕਿਹਾ ਵੀ ਤੁਸੀਂ ਦਰਖਾਸਤ ਦਿਓ ਬੰਦ ਤੁਹਾਡਾ ਫੋਨ ਆਉਣ ਆ ਚੱਲਦਾ ਵਾ ਫੋਨ, ਕੋਈ ਗਲਤ ਕੰਮ ਨਾ ਕੋਈ ਕਰਦਾ ਹੋਵੇ ਉਸ ਫੋਨ ਤੋਂ। ਅਤੇ ਫਿਰ ਦਰਖਾਸਤ ਦਿੱਤੀ, ਇਹ ਥਾਣੇ ਆਏ ਬੰਦੇ, ਇੱਥੇ ਬਹਿਸਬਾਜ਼ੀ ਇਹਨੇ ਕੀਤੀ ਥਾਣੇ, ਅਤੇ ਫੋਨ ਨਹੀਂ ਇਹਨੇ ਮੋੜਿਆ, ਉਹ ਫੋਨ 'ਤੇ ਹੀ ਕਾਰਵਾਈ ਵੀ ਅਜੇ ਭਾਪਾ ਜੀ ਕਰਾ ਰਹੇ ਆ ਉੱਥੋਂ, ਅਤੇ ਉਹ ਵੀ ਹਜੇ 'ਤੇ ਪਰਚਾ ਦਰਜ ਹੋਣਾ ਜੀ ਫੋਨ ਦਾ, ਚੋਰੀ ਦਾ ਜਿਹੜਾ ਪਰਚਾ ਆ ਇਸ ਰਾਜੂ 'ਤੇ। ਇਹ ਬੰਦਾ ਕੋਈ 1 ਲੱਖ ਰੁਪਏ ਵਾਲੀ ਕੋਈ ਗੱਲ ਨਹੀਂ। ਅਸੀਂ ਨਾ ਤੇਲ ਪਾਉਣ ਲੱਗੇ ਜੀ ਜੈਨ ਪੰਪ ਤੋਂ, ਅਤੇ ਇਹ ਬੰਦਾ ਸਾਡੇ ਵੱਲ ਉਂਗਲ ਕਰਕੇ ਕਹਿੰਦਾ ਕਿ ਆਹ ਹੀ ਕੋਈ ਬਹੁਤ ਗੰਦੀ ਗਾਲ ਇਹਨੇ ਕੱਢੀ, ਮੈਂ ਉਹ ਕਹਿਣੀ ਨਹੀਂ ਚਾਹੁੰਦਾ। ਅਤੇ ਇੱਦਾਂ ਇਹਨੇ ਕਿਹਾ, ਮੈਂ ਬਾਰੀ ਖੋਲ੍ਹ ਕੇ ਕਿਹਾ ਵੀ ਤੂੰ ਗਾਲ ਕੱਢੀ ਆ, ਬਹਿਸਬਾਜ਼ੀ ਕਰਨ ਲੱਗ ਪਿਆ ਮੇਰੇ ਹੱਥੋਂ ਭਾਈ, ਮੇਰੇ ਨਾਲ ਹੋਣ ਲੱਗਾ, ਅਤੇ ਇਹੀ ਬਸ ਝਗੜਾ ਹੋਇਆ ਸਾਡਾ, ਕੋਈ ਹੋਰ ਚੱਕਰ ਨਹੀਂ। ਅਸੀਂ ਦੇਖੋ ਗੱਡੀ ਦੀ ਬਾਰੀ ਨੂੰ ਵੀ ਹੱਥ ਨਹੀਂ ਪਾਇਆ, ਤੁਸੀਂ ਵੀਡੀਓ 'ਚ ਦੇਖ ਹੀ ਲੈਣਾ ਜੀ, ਜੋ ਪੰਪ 'ਤੇ ਵੀਡੀਓ ਬਣੀਆਂ ਜੋ ਵੀ, ਉਹ ਸਾਰਾ ਕੁਛ ਅਸੀਂ ਉਹ ਜਨਾਨੀ ਨੂੰ ਵੀ ਹੱਥ ਨਹੀਂ ਲਾਇਆ, ਅਸੀਂ ਉਹਨੂੰ ਹੱਥ ਜੋੜੇ, ਸਗੋਂ ਕਿ ਤੂੰ ਪਾਸੇ ਹੋ ਜਾ, ਇਹ ਬੰਦਾ ਛਿੱਤਰਾਂ 'ਤੇ ਲਿਆ ਗਾ, ਚੋਰ ਬੰਦਾ, ਮੋਬਾਈਲ ਚੋਰੀ ਕੀਤਾ ਇਹਨੇ, ਇਹਦੇ ਬਸ ਛਿੱਤਰ ਪੈਣੇ ਜਦੋਂ ਗਾਲ ਕੱਢੀ ਇਹਨੇ। ਮਤਲਬ ਕਿ ਲੁੱਟ ਖੋਹ ਦਾ ਕੋਈ ਮਾਮਲਾ ਨਹੀਂ? ਕੋਈ ਭਾਅ ਜੀ ਇੱਦਾਂ ਦਾ ਮਾਮਲਾ ਨਹੀਂ, ਲੁੱਟ ਖੋਹ ਕਿਤੇ ਵਾਕਫ ਬੰਦਿਆਂ ਨਾਲ ਥੋੜ੍ਹਾ ਹੁੰਦੀਆਂ ਵਾ, ਅੱਜ ਤੱਕ ਜਿੰਨੀਆਂ ਲੁੱਟ ਖੋਹਾਂ ਕਿਤੇ ਘਰੇ ਰਿਸ਼ਤੇਦਾਰਾਂ ਨਾਲ ਲੁੱਟ ਖੋਹ ਕਰਦਾ ਕੋਈ, ਮੰਨ ਲਓ ਕੋਈ ਯਾਰ ਦੋਸਤ ਨਾਲ ਲੁੱਟ ਖੋਹ ਕਰਦਾ, ਉਹਨੂੰ ਨਹੀਂ ਪਤਾ ਕਿ ਮੈਂ ਇਹ ਪੈਸੇ ਨਾਲ ਹੀ ਕਿੱਥੋਂ ਲਿਆਏ ਜੀ, ਇੱਕ ਇਹ ਗੱਲ, ਇਹ ਕੋਈ ਕੰਮ ਕਾਰ ਨਹੀਂ ਭਾਅ ਜੀ ਕਰਦੇ। ਇਹਨਾਂ ਦੋਵਾਂ ਦਾ ਇਹ ਜਿਹੜੀ ਜਨਾਨੀ ਇਹਨੇ ਰੱਖੀ ਧੱਕੇ ਨਾਲ, ਇਹਦੇ ਨਜਾਇਜ਼ ਸੰਬੰਧ ਹੈ ਇਸ ਬੰਦੇ ਨਾਲ, ਇਹਦੀ ਜਿਹੜੀ ਰੀਅਲ ਜਨਾਨੀ ਉਹਦੇ ਇੱਕ ਬੱਚਾ ਆ, ਉਹ ਵਿਚਾਰੀ ਰੋਂਦੀ ਆ ਰੋਜ਼, ਇਹਦੇ ਕੋਲ ਤਰਲੇ ਲੈਂਦੀ ਕਿ ਮੇਰੇ ਕੋਲ ਵਾਪਸ ਆ ਜਾਏ, ਉਹਨੂੰ ਨਾ ਰੋਟੀ ਦਿੰਦਾ ਬੱਚੇ ਨੂੰ, ਇਸ ਜਨਾਨੀ ਨਾਲ ਰਹਿੰਦਾ ਆ। ਜਨਾਨੀ ਪੂਰੀ ਇਹ ਵਾਰਦਾਤਾਂ ਕਰਦੀ ਹੈ ਜੀ, ਬੜੇ ਬੜੇ ਲੋਕਾਂ ਦੇ ਕੋਲ ਲੇਡੀਜ਼ ਕੁੜੀਆਂ ਨੂੰ ਭੇਜ ਕੇ ਨਾ, ਬੱਚੀਆਂ ਕੁੜੀਆਂ ਨੂੰ, ਇਹ ਲੋਕ ਇੰਨਾ ਮਤਲਬ ਬਹੁਤ ਜ਼ਿਆਦਾ ਭਾਅ ਜੀ, ਫੋਨ 'ਤੇ ਆਪਾਂ ਕਹਿ ਨਹੀਂ ਸਕਦੇ ਕਿ ਇੰਨਾ ਇਹਨਾਂ ਦਾ ਕਿਰਦਾਰ ਗਿਰਿਆ ਹੋਇਆ ਲੋਕਾਂ ਦਾ, ਕਿ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਯੂਜ਼ ਕਰਕੇ ਲੋਕਾਂ ਤੋਂ ਪੈਸੇ ਮਾਰਦੇ ਆ, ਇੱਜ਼ਤਦਾਰ ਲੋਕਾਂ ਨੂੰ ਫਸਾ ਕੇ ਆਪਣੇ ਝਾਂਸੇ 'ਚ। ਅਤੇ ਕੋਈ ਗੱਲ ਨਹੀਂ ਸਰ,
ਕੁਛ ਦਿਨ ਪਹਿਲਾਂ ਨਾ ਇੱਥੇ ਥਾਣੇ ਇੱਕ ਪਰਚਾ ਦਿੱਤਾ ਸੀਗਾ ਇਹਨਾਂ ਨੇ ਸਾਡੇ 'ਤੇ, ਮਤਲਬ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ ਆਏ, ਅਤੇ ਅੱਜ ਨਾ ਇੱਥੇ ਅਸੀਂ ਖੜ੍ਹੇ ਸੀ ਤੇਲ ਪਵਾਇਆ ਪੰਪ ਤੋਂ। ਕਿਹੜੇ ਪੰਪ ਦੇ? ਜੈਨ ਪੰਪ ਦੇ। ਅਤੇ ਉੱਥੇ ਸਰ ਆ ਕੇ ਅਤੇ ਅਸੀਂ ਗੱਡੀ ਕੱਢਣ ਲੱਗੇ ਹਾਂ, ਅਤੇ ਮੋਹਰੇ ਸਾਡੇ ਘਰ 'ਚ ਗੱਡੀ ਲਾ ਦਿੱਤੀ, ਗੱਡੀ ਲਾ ਕੇ ਅਤੇ ਵਿੱਚੋਂ 5-7 ਮੁੰਡੇ ਨਿਕਲੇ ਆ, ਅਤੇ ਮਹਿਤਾਬ, ਜੋਗਾ ਅਤੇ ਲੱਕੀ ਅਤੇ ਉਹਦੇ ਭਾਣਜੇ ਸੀਗੇ ਨਾਲ, ਉਹਨਾਂ ਨੇ ਮੇਰੇ ਤੇਜ਼ ਹਥਿਆਰ ਨਾਲ ਵਾਰ ਕੀਤੇ, ਮੇਰੇ ਹੱਥ ਫੈਕਚਰ ਕਰ ਛੱਡੇ, ਇੱਧਰ ਵੀ ਲਾਇਆ, ਸਾਰਿਆਂ ਨੂੰ ਸੱਟਾਂ ਲੱਗਦਾ, ਅਤੇ ਬਾਅਦ 'ਚ ਸਾਡੀ ਗੱਡੀ ਦਾ ਵੀ ਨੁਕਸਾਨ ਸੀ। ਮੈਡਮ ਮੇਰੇ ਨਾਲ ਸੀਗੇ, ਸੰਦੀਪ ਕੌਰ ਜ਼ਿਲ੍ਹਾ ਪ੍ਰੈਜੀਡੈਂਟ, ਉਹਨਾਂ ਦੇ ਵੀ ਮਾਰਿਆ ਮਿਲਿਆ। ਹਾਂਜੀ, ਪੈਸੇ ਸੀਗੇ 1,00,000 ਰੁਪਈਆ, ਉਹ ਵੀ ਕੱਢ ਕੇ ਲੈ ਗਏ। ਹਾਂਜੀ, ਕੋਈ ਕੋਈ ਜਾਤੀ ਕੋਈ ਦੁਸ਼ਮਣੀ? ਬਸ ਸਰ, ਕੋਈ ਸਾਡੀ ਦੁਸ਼ਮਣੀ ਨਹੀਂ ਜੀ, ਕੋਈ ਇਹੋ ਜਿਹੀ ਗੱਲ ਨਹੀਂ ਜੀ। ਮਤਲਬ ਕਿ ਜਿਹੜਾ ਤੁਸੀਂ ਕਹਿ ਸਕਦੇ ਕਿ ਜਿਹੜਾ ਮਾਮਲਾ ਹੋਇਆ ਇਹ ਲੁੱਟ ਖੋਹ ਦਾ ਹੋਇਆ ਵਾ? ਲੁੱਟ ਖੋਹ ਦਾ। ਤੇਲ ਭਰਾ ਰਹੇ ਸੀ ਅਸੀਂ ਪੰਪ ਤੋਂ, ਤੇਲ ਭਰਾਇਆ ਨਾਲ ਹੀ ਇੱਕ ਗੱਡੀ ਲੱਗ ਗਈ ਸਾਡੇ ਆ ਕੇ ਰੁਕੀ, ਉਹਦੇ ਵਿੱਚ 7-8 ਮੁੰਡੇ ਨਿਕਲੇ, ਇੱਕ ਮਹਿਤਾਬ ਸੀਗਾ, ਇੱਕ ਜੋਗਾ ਸੀ ਉਹਦਾ ਮਹਿਤਾਬ ਦਾ ਭਰਾ, ਅਤੇ ਦੋ ਉਹਦੇ ਭਾਣਜੇ ਸੀ ਗੁਰਦੁਆਰੇ ਉਹ ਰਹਿੰਦੇ ਬੰਦੇ, ਇੱਕ ਲੱਕੀ ਸੀ ਕੋਲੀਆਂ ਵਾਲ ਵਾਲਾ, ਬਾਕੀ 2-3 ਬੰਦਿਆਂ ਨੂੰ ਅਸੀਂ ਜਾਣਦੇ ਨਹੀਂ ਹੈਗੇ। ਉਹਨਾਂ ਨੇ ਆਉਂਦਿਆਂ ਸਾਰੀ ਸਾਡੀ ਗੱਡੀ 'ਤੇ ਮਤਲਬ ਹਮਲਾ ਕੀਤਾ, ਇਹਨਾਂ ਨੂੰ ਮੇਰੇ ਮੁੰਡਾ ਮੇਰੇ ਨਾਲ ਡਰਾਈਵਰ ਆ ਉਹਨੂੰ ਗੱਡੀ 'ਚੋਂ ਬਾਹਰ ਕੱਢਿਆ, ਉਹਨੂੰ ਕੁੱਟਮਾਰ ਕਰਨੀ ਤੇਜ਼ ਹਥਿਆਰਾਂ ਨਾਲ ਸ਼ੁਰੂ ਕਰ ਦਿੱਤੀ। ਮੇਰੇ ਕੋਲ ਨਗਦੀ ਸੀ, ਮੈਂ ਥਾਂ ਲੈਣ ਵਾਸਤੇ ਪੈਸੇ ਕਢਵਾ ਕੇ ਲੈ ਗਈ ਸੀ, ਉਹਨੇ ਸਾਡੇ ਤੋਂ 1,00,000 ਰੁਪਈਆ ਖੋ ਕੇ ਲੈ ਗਏ। ਮੇਰੇ ਉਹਨਾਂ ਨੇ ਪੇਟ ਦੇ ਵਿੱਚ ਜੋੜ ਜੋੜਨਾ ਮੁੱਕੇ ਮਾਰਨੇ ਸਟਾਰਟ ਕਰ ਦਿੱਤੇ, ਜਦੋਂ ਮੈਂ ਪੈਸੇ ਨਹੀਂ ਦਿੰਦੀ ਸੀ ਉਹਨਾਂ ਨੂੰ, ਫਿਰ ਮੁੱਕੇ ਮਾਰਨੇ ਸਟਾਰਟ ਕਰ ਦਿੱਤੇ। ਪੁਲਿਸ ਵੱਲੋਂ ਹਾਲੇ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉੱਥੇ, ਪਰ ਪੁਲਿਸ ਆਈ ਸੀ ਪਰ ਉਹ ਸਿੱਧੇ ਚਲੇ ਗਏ ਥਾਣੇ, ਚਲੇ ਗਏ ਕੋਈ ਨਹੀਂ ਸਾਡੇ ਮਗਰ, ਕੋਈ ਮੁਲਾਜ਼ਮ ਨਹੀਂ ਲੱਗ ਸਕਦਾ। ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕਰਦੇ ਹੋ? ਅਸੀਂ ਕਰਦੇ ਵੀ ਜੋ ਬਣਦੀ ਕਾਰਵਾਈ ਕੀਤੀ ਜਾਵੇ, ਸਾਡੇ ਨਾਲ ਨਜਾਇਜ਼ ਧੱਕਾ ਹੋਇਆ ਉੱਥੇ, ਵੀਡੀਓ ਬਣੀ ਹੋਈ ਹੈ ਸੀਸੀਟੀਵੀ ਕੈਮਰੇ 'ਚ, ਵੀਡੀਓ ਕਢਵਾਈ ਜਾਵੇ ਅਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਕੀ ਤੁਹਾਡੇ ਕਹਿਣ ਦਾ ਮਤਲਬ ਕਿ ਸ਼ਹਿਰ ਦੇ ਵਿੱਚ ਸ਼ਰੇਆਮ ਲੁੱਟ ਖੋਹ ਦੇ ਮਾਮਲੇ ਹੋ ਰਹੀ ਸਰ? ਸ਼ਰੇਆਮ ਬੰਦਿਆਂ ਨੇ ਗੁੰਡਾਗਰਦੀ ਕੀਤੀ, ਉਹ ਸ਼ਹਿਰ ਦੇ ਇੱਕ ਬਦਨਾਮ ਬੰਦੇ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ, ਜੋਗੇ ਅਤੇ ਮਹਿਤਾਬ 'ਤੇ ਇਹਨਾਂ ਬੰਦਿਆਂ 'ਤੇ ਅੱਗੇ ਔਲਰੈਡੀ ਬਹੁਤ ਪਰਚੇ ਆ ਦਰਜ, ਇਹ ਗੁੰਡੇ ਆ ਇਹਨਾਂ ਦੇ ਗੁੰਡਿਆਂ 'ਤੇ ਅੱਗੇ ਕਾਫੀ ਪਰਚੇ ਦਰਜ ਕੀਤੇ ਗਏ ਆ, ਪਰ ਪੁਲਿਸ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੀ। ਗੱਲ ਇੱਦਾਂ ਜੀ, ਮੋਬਾਈਲ ਤੋਂ ਗੱਲ ਹੋਈ ਜੀ, ਮੇਰਾ ਫਾਦਰ ਦਾ ਫੋਨ ਚੋਰੀ ਹੋਇਆ ਸੀ, ਕਿ ਉਹਦੇ ਕਾਲ ਕਰਨ 'ਤੇ ਅਸੀਂ ਫੋਨ ਕੀਤਾ ਅਤੇ ਇਹਦੇ ਕੋਲ ਫੋਨ ਬੋਲਿਆ, ਅਤੇ ਇਹਨੂੰ ਮੈਂ ਭਾਅ ਜੀ ਕਹਿ ਕੇ ਬੁਲਾਇਆ ਕਿ ਭਾਅ ਜੀ ਸਾਡੀ ਜਿਹੜਾ ਫੋਨ ਗਵਾਚਾ ਵਾ ਮੇਰੇ ਫਾਦਰ ਦਾ, ਉਹ ਤੁਹਾਡੇ ਕੋਲ ਤੁਸੀਂ ਵਰਤਣ ਦੇ ਆ, ਅਤੇ ਇਹਨੇ 3 ਦਿਨ ਪੁਲਿਸ ਨੂੰ ਵੀ ਗੁੰਮਰਾਹ ਕੀਤਾ, ਸਾਨੂੰ ਵੀ ਗੁੰਮਰਾਹ ਕੀਤਾ ਕਿ ਮੈਂ ਆਪਣੀ ID 'ਤੇ ਸਿਮ ਚਲਾ ਰਿਹਾ, ਉਹ ਜਾ ਕੇ ਮੈਂ ਮੇਨ ਦਫ਼ਤਰੋਂ ਏਅਰਟੈੱਲ ਦਫ਼ਤਰ 'ਚੋਂ ID ਕਢਾਈ ਅਤੇ ਮੇਰੇ ਫਾਦਰ ਦੇ ਨਾਂ ਬੋਲੀ, ਜੇਦਾਰ ਸਾਰਾ ਸਿੰਘ ਸਨ ਹਰਨਾਮ ਸਿੰਘ ਦੇ ਜੀ, ਅੱਜ ਵੀ ਸਾਡੇ ਕੋਲ ਪਰੂਫ ਆ ਕਿ ਜੋ ID ਜਿਹੜੀ ਚੱਲ ਰਹੀ ਮੇਰੇ ਫਾਦਰ ਦੇ ਨਾਂ 'ਤੇ ਚੱਲ ਰਹੀ, ਅਤੇ ਇਹਨਾਂ ਨੇ ਜੀ ਮੇਰੇ ਗਲ ਪਏ, ਮੇਰੇ ਬੁੱਲ ਪਾੜਿਆ ਜੀ, ਆ ਵੇਖੋ ਥਾਣੇ ਦੇ ਵਿੱਚ, ਅਤੇ SHO ਸਾਹਿਬ ਨੇ ਕੋਈ ਇਨਸਾਫ਼ ਨਹੀਂ ਕੀਤਾ ਸਾਡੇ ਨਾਲ, ਅਤੇ ਫਿਰ ਅਸੀਂ ਪੰਪ 'ਤੇ ਜਾ ਕੇ ਲੰਘਦੇ ਪਏ ਸੀ, ਤੇਲ ਪਵਾਉਣ ਲੱਗੇ, ਅਤੇ ਇਹਨਾਂ ਨੇ ਉੱਥੇ ਸਾਨੂੰ ਤੇਲ ਨਹੀਂ ਸੀ ਡਰਦਿਆ ਪਵਾਇਆ, ਇਹ ਖਲੋਤੇ ਹੋਏ ਸੀ, ਇਹਨਾਂ ਨੇ ਸਾਨੂੰ ਗਾਲ ਕੱਢਤੀ, ਉਸ ਗਾਲ ਤੋਂ ਹੀ ਸਾਰੀ ਗੱਲ ਹੋਈ ਹੈ, ਅਤੇ ਗਾਲ ਤੋਂ ਗੱਲ ਹੋਈ, ਲੜਾਈ ਜ਼ਰੂਰ ਹੋਈ, ਕਿਸੇ ਲੇਡੀਸ ਨੂੰ ਹੱਥ ਨਹੀਂ ਲਾਇਆ, ਉਹ ਵੀਡੀਓ ਦੇ ਵਿੱਚ ਪਰੂਫ ਕਰਨਗੇ, ਪਰੂਫ ਕਰਕੇ ਦੇਣ ਕਿਹੜੀ ਲੇਡੀਸ ਨੂੰ ਹੱਥ ਲਾਇਆ, ਲੇਡੀਸ ਖੁਦ ਜਾਣ ਕੇ ਕਹਿ ਰਹੀ ਆ ਕਿ ਮੈਨੂੰ ਹੱਥ ਪਾਇਆ, ਪਰੂਫ ਕਰਨ, ਪੈਸਿਆਂ ਦਾ ਵੀ ਪਰੂਫ ਕਰਨ, ਅਤੇ ਅਸੀਂ ਦੇਣਦਾਰ ਜੇ ਗਲਤ ਹੋਏ ਤਾਂ ਅਸੀਂ ਕੋਈ ਕਿਸੇ ਦਾ ਪੈਸਾ ਨਹੀਂ ਲਿਆ, ਮਾਰੀਆਂ ਜ਼ਰੂਰ ਆ ਕਿ ਚੋਰ ਸੀ, ਚੋਰ ਦੇ ਮਾਰਨੀਆਂ ਚਾਹੀਦੀਆਂ, ਅੱਜ ਵੀ ਮਾਰਾਂ ਕੱਲ੍ਹ ਵੀ ਮਾਰਾਂਗੇ। ਸਰ, ਪੈਟਰੋਲ ਪੰਪ 'ਤੇ ਜਿਹੜੀ ਲੜਾਈ ਆ ਜਿਹੜਾ ਹੋਇਆ, ਕੀ ਮਾਮਲਾ ਸੀ? ਇਹ ਸੰਦੀਪ ਸਿੰਘ ਕੌਰ ਉਰਫ ਸਿੰਮੀ, ਇਹਦੇ ਨਾਲ ਕੋਈ ਇਹਨਾਂ ਦਾ ਮੋਬਾਈਲ ਦਾ ਝਗੜਾ ਸੀਗਾ ਦੋਸ਼ੀਆਂ ਦਾ, 5 ਦੋਸ਼ੀ ਨਾ ਇਸ ਨਾਮਜ਼ਦ ਨੇ,
ਅਤੇ ਬਾਕੀ ਚਾਰ ਪੰਜ ਅਨੋਨ ਨੇ ਪੂਰੇ ਸੰਬੰਧੀ ਅਸੀਂ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਲੜਾਈ ਝਗੜੇ ਦਾ। ਕਿਹੜੀ ਧਾਰਾ ਦਾ ਨਿਰਦੇਸ਼? 307, 330, 341, 148, 149 ਦੇ ਤਹਿਤ ਮੁਕੱਦਮਾ ਦਰਜ ਕਰਤਾ ਜੀ। ਅਸੀਂ ਕਿੰਨੇ ਦੋਸ਼ੀ ਸੀ ਅਤੇ ਸਰ ਕੀ ਨਾਂ ਸੀ ਉਹਨਾਂ ਦਾ? ਦੋਸ਼ੀਆਂ ਦਾ ਨਾਂ ਮਹਤਾਬ ਸਿੰਘ, ਜੋਗਾ ਸਿੰਘ, ਇਹ ਦੋਨੇ ਸਗੇ ਭਰਾ ਨੇ, ਸਾਧਾ ਸਿੰਘ ਦੇ ਲੜਕੇ। ਲੱਕੀ, ਗਗਨ ਅਤੇ ਨਿੱਕਾ, ਪੰਜ ਦੋਸ਼ੀ ਜਿਹੜੇ ਆ ਉਹ ਨਾਮਜ਼ਦ ਨੇ, ਬਾਕੀ ਚਾਰ ਦੋਸ਼ੀ ਜਿਹੜੇ ਅਨਨੋਨ ਨੇ ਜਿਹੜੇ। ਅੱਛਾ ਜੀ। ਅਤੇ ਸਰ ਕਹਿੰਦੇ ਲੁੱਟ ਖੋਹ ਦਾ ਵੀ ਕਹਿੰਦੇ ਜੀ, ਜੋ ਲੱਖ ਰੁਪਏ ਦੀ ਲੁੱਟ ਖੋਹ ਵੀ ਹੋਈ ਆ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਲੁੱਟ ਖੋਹ ਵਾਲੀ ਕੋਈ ਮਾਮਲਾ ਸਾਡੇ ਧਿਆਨ ਵਿੱਚ ਨਹੀਂ ਆਇਆ, ਨਾ ਕਿ ਉਹਨੇ ਆਪਣਾ ਕੋਈ ਸਾਡੀ ਤਫਤੀਸ਼ ਦੇ ਵਿੱਚ ਕੋਈ ਬਿਆਨ ਦਿੱਤਾ ਇਹੋ ਜਿਹਾ। ਅੱਛਾ ਜੀ। ਅਤੇ ਸਰ ਕੋਈ ਰੁਪਈ ਰੈਸਟ ਹੋਇਆ? ਨਹੀਂ ਜੀ, ਅਜੇ ਨਹੀਂ ਕੋਈ ਰੈਸਟ।